पूरे मुल्क च चोन जाबता लग चुका है। लोग सभा चोणा का आगाज भी हो चुका है ते सियासी पार्टिया ने अपने दा पेच खेडने शुरू कर दते। अजे ऐलान होए नू एक ही दिन होया ते खैरा वल्लों अपनी पार्टी के उम्मीदवार के नाम ऐलानने शुरू कर दते। हल्के च अपने उम्मीदवार खैरा वल्लों खड़े करके विरोधी पार्टिया नू अपनी दावेदारी का संकेत दे दिता। इस समय खैरा दे नाल बैंस ते धर्मवीर गांधी भी मौजूद सन। केड़े हल्के चो केड़ा उम्मीदवार चोन लड़ रहा है तुसी खुद ही खैरा दे मूहों सुन लवो। ਵੱਡੀਆਂ ਧਿਰਾਂ ਹੋਰ ਰਲੀਆਂ ਨੇ ਜਿਨ੍ਹਾਂ ਦੀ ਪੰਜਾਬ ਪੱਖੀ ਸੋਚ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਉਹਨਾਂ ਨੂੰ ਇਸ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਹਿੱਸਾ ਬਣਾਉਣ ਜਾ ਰਹੇ ਹਾਂ, ਬਣਾਇਆ ਹੈ। ਉਹਨਾਂ ਵਿੱਚ ਵਿਸ਼ੇਸ਼ ਤੌਰ 'ਤੇ ਕਮਿਊਨਿਸਟ ਪਾਰਟੀ ਆਫ ਇੰਡੀਆ CPI ਔਰ ਇਸੇ ਤਰ੍ਹਾਂ ਹੀ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ RMPI। ਅੱਜ ਇਹਨਾਂ ਦੋਵਾਂ ਪਾਰਟੀਆਂ ਨੂੰ ਵੀ ਅਸੀਂ ਪੰਜਾਬ ਜਮਹੂਰੀ ਗੱਠਜੋੜ ਵਿੱਚ ਸ਼ਾਮਿਲ ਕੀਤਾ ਵਾ ਔਰ ਇਹਨਾਂ ਨੇ ਬਹੁਤ ਫਰਾਕਦਿਲੀ ਦਿਖਾਈ ਆ। ਇਹਨਾਂ ਨੇ ਪੰਜਾਬ ਦੇ ਹਿੱਤ ਨੂੰ ਪਹਿਲ ਦਿੱਤੀ ਆ, ਨਾ ਕਿ ਸੀਟ ਸ਼ੇਅਰਿੰਗ ਜਾਂ ਲੈ ਦੇ ਦੀ ਰਾਜਨੀਤੀ ਨੂੰ ਕੋਈ ਪਹਿਲ ਨਹੀਂ ਦਿੱਤੀ। ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਜਿਹੜੀਆਂ ਸਾਡੇ ਨਾਲ ਦੋ ਧਿਰਾਂ ਅੱਜ ਰਲੀਆਂ ਨੇ ਉਹਨਾਂ ਦਾ ਸਵਾਗਤ ਵੀ ਕਰਦੇ, ਉਹਨਾਂ ਦਾ ਸ਼ੁਕਰੀਆ ਕਰਦੇ ਹਾਂ। ਔਰ ਇਸ ਤੋਂ ਪਹਿਲਾਂ ਕਿ ਮੈਂ ਸੀਟ ਐਲਾਨ ਕਰਾਂ, ਮੈਨੂੰ ਥੋੜ੍ਹਾ ਜਿਹਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਗੱਠਜੋੜ ਦੇ ਵਿੱਚ ਪਹਿਲਾਂ ਟਕਸਾਲੀ ਅਕਾਲੀ ਦਲ ਵੀ ਦੋ ਜਾਂ ਤਿੰਨ ਮੀਟਿੰਗਾਂ ਉਹਨਾਂ ਨੇ ਸਾਡੇ ਨਾਲ ਕੀਤੀਆਂ ਔਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਸੀਗਾ। ਲੇਕਿਨ ਇਸ ਮੀਟਿੰਗਾਂ ਦੇ ਸਿਲਸਿਲੇ ਦੇ ਦੌਰਾਨ ਹੀ ਉਹਨਾਂ ਨੇ ਦੋ ਲੋਕ ਸਭਾ ਦੀਆਂ ਸੀਟਸ ਯੂਨੀਲੈਟਰਲੀ ਇੱਕ ਤਰਫਾ ਆਪੇ ਹੀ ਐਲਾਨ ਕਰ ਦਿੱਤੀਆਂ, ਜਿਹੜਾ ਕਿ ਗੱਠਜੋੜ ਦੀ ਮਰਿਆਦਾ ਦੇ ਅਨੁਕੂਲ ਨਹੀਂ ਸੀਗਾ। ਔਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਪਾਰਟੀਆਂ ਦੇ ਨਾਲ ਆਪਣੀ ਗੱਲਬਾਤ ਸ਼ੁਰੂ ਕਰਤੀ, ਭਾਵਾਂਕਿ ਉਹਨਾਂ ਪਾਰਟੀਆਂ ਦੇ ਨਾਲ ਵੀ ਕਿਤੇ ਸਿਰਾ ਨਹੀਂ ਲੱਗਿਆ। ਇਸ ਲਈ ਅੱਜ ਵੀ ਸਾਡੀ ਟਕਸਾਲੀ ਅਕਾਲੀ ਦਲ ਨੂੰ ਇਹ ਅਪੀਲ ਆ ਕਿ ਪੰਜਾਬ ਦੇ ਇਸ਼ੂਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਆਪਣੀਆਂ ਜਿਹੜੀਆਂ ਦੋ ਸੀਟਸ ਯੂਨੀਲੈਟਰਲੀ ਅਨਾਊਂਸ ਕੀਤੀਆਂ ਸੀ ਆਪਣੇ ਕੈਂਡੀਡੇਟਸ ਵਿਦਡਰਾਅ ਕਰੋ ਔਰ ਪੰਜਾਬ ਦੇ ਹਿੱਤ ਨੂੰ ਮੱਦੇਨਜ਼ਰ ਰੱਖਦੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਹਿੱਸਾ ਬਣੋ ਔਰ ਪੰਜਾਬ ਦੇ ਮੁੱਦਿਆਂ ਵਾਸਤੇ ਬਾਦਲ ਅਤੇ ਕੈਪਟਨ ਦੇ ਰਾਜ ਜੋ ਇਹਨਾਂ ਨੇ ਇਸ ਵਕਤ ਭ੍ਰਿਸ਼ਟਾਚਾਰ, ਨਸ਼ੇ, ਬੇਰੁਜ਼ਗਾਰੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ, ਵਪਾਰੀਆਂ ਦਾ ਢਾਣ, ਇਹ ਸਾਰੇ ਇਸ਼ੂਜ਼ ਜਿਹੜੇ ਅਸੀਂ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਉਹਨਾਂ ਦਾ ਨੈਤਿਕ ਫਰਜ਼ ਬਣਦਾ ਕਿ ਅਗਰ ਤੁਸੀਂ ਵਾਕਈ ਪੰਜਾਬ ਦੇ ਹਿਤੈਸ਼ੀ ਹੋ ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ। ਮਹਿਜ਼ ਇੱਕ ਆਦਮੀ ਦੇ ਕਰਕੇ, ਇੱਕ ਕੈਂਡੀਡੇਟ ਦੇ ਕਰਕੇ ਸਾਰੇ ਪੰਜਾਬ ਦੇ ਗੱਠਜੋੜ ਨੂੰ ਤੋੜਿਆ ਨਹੀਂ ਜਾ ਸਕਦਾ। ਸੋ ਅਸੀਂ ਅੱਜ ਸਾਰਿਆਂ ਦਾ ਜਿਹੜਾ ਸਾਡਾ ਕੰਸੈਂਸਸ ਹੋਇਆ ਉਹਨਾਂ ਸੀਟਸ ਬਾਰੇ ਅੱਜ ਅਸੀਂ ਸਾਰੇ ਆਮ ਸਹਿਮਤੀ ਦੇ ਨਾਲ ਪੰਜਾਬ ਦੀਆਂ ਆਗਾਮੀ ਲੋਕ ਸਭਾ, ਦੇਸ਼ ਦੀਆਂ ਆਗਾਮੀ ਲੋਕ ਸਭਾ ਸੀਟਾਂ ਦਾ ਜੋ 19 ਮਈ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਦੇ ਲੋਕ ਸਭਾ ਦੇ ਉਮੀਦਵਾਰ ਐਲਾਨਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜੀ ਜਿਹੜੇ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨੇ, ਇਹ ਪਟਿਆਲਾ ਤੋਂ ਦੁਬਾਰਾ ਚੋਣ ਲੜਨਗੇ ਔਰ ਮੇਰਾ ਖਿਆਲ ਆ ਕਿ ਅਗਰ 545 MLA MPs ਦੇ ਵਿੱਚੋਂ ਕੋਈ ਅਕਾਊਂਟੇਬਲ ਅਤੇ ਟਰਾਂਸਪੇਰੈਂਟ MP ਦਾ ਕੰਮ ਦੇਖਣਾ ਹੋਵੇ ਤਾਂ ਉਹਦੇ 'ਚ ਡਾਕਟਰ ਧਰਮਵੀਰ ਗਾਂਧੀ ਜੀ ਆਊਟਸਟੈਂਡ ਕਰਦੇ ਨੇ। ਸੋ ਇਹਨਾਂ ਨੂੰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਆਪਣਾ ਉਮੀਦਵਾਰ ਨੋਮੀਨੇਟ ਕੀਤਾ ਹੈ। ਇਸੇ ਤਰ੍ਹਾਂ ਹੀ ਜੋ ਪੰਜਾਬ ਦਾ ਇਸ ਵਕਤ ਵਾਤਾਵਰਨ ਆ, ਸੰਦਰਭ ਹੈ, ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਜੱਦੋਜਹਿਦ ਕੀਤੀ, ਮਨੁੱਖੀ ਅਧਿਕਾਰਾਂ ਦੀਆਂ ਲੜਾਈਆਂ ਲੜੀਆਂ, ਜਬਰ ਅਤੇ ਜ਼ੁਲਮ ਦੇ ਖਿਲਾਫ ਲੜੇ। ਉਸ ਦੇ ਤਹਿਤ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਉਮੀਦਵਾਰ ਐਲਾਨਦੇ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਵਰਗਵਾਸੀ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਨੇ ਖਾਲੜਾ ਮਿਸ਼ਨ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਲਈ ਇਨਸਾਫ ਪਸੰਦੀ ਲਈ ਅਤੇ ਜੋ ਉਸ ਵਕਤ ਜ਼ੁਲਮ ਢਾਇਆ ਗਿਆ, ਜੋ ਫੇਕ ਇਨਕਾਊਂਟਰਸ ਹੋਏ, ਉਹ ਸਾਰੀ ਗੱਲ ਦੇ ਖਿਲਾਫ ਉਹਨਾਂ ਨੇ ਅੱਜ ਤੱਕ ਝੰਡਾ ਬੁਲੰਦ ਰੱਖਿਆ ਅਤੇ ਵੈਸੇ ਵੀ ਲੁਕਾਈ ਦੇ ਕੰਮ ਅਤੇ ਸਮਾਜਿਕ ਕੰਮਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਇਸੇ ਤਰ੍ਹਾਂ ਹੀ ਮਨਵਿੰਦਰ ਸਿੰਘ ਗਿਆਸਪੁਰਾ, ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ, ਜਿਹੜੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਹੋਣਗੇ। ਇਸੇ ਤਰ੍ਹਾਂ ਹੀ ਜਿਹੜਾ ਇਹ ਖਡੂਰ ਸਾਹਿਬ ਦੀ ਸੀਟ ਹੈ, ਕਿਉਂਕਿ ਉੱਥੇ ਇੱਕ ਹੇਟਡ ਅਕਾਲੀ ਦਲ ਨੇ ਉਮੀਦਵਾਰ ਉਤਾਰਿਆ ਵਾ, ਸੋ ਸਾਨੂੰ ਪੂਰਨ ਆਸ ਹੈ ਕਿ ਜਿਹੜੇ ਸਹੀ ਪੰਥਕ ਸੋਚ ਵਾਲੇ ਲੋਕ ਨੇ ਉਹ ਇਹਨਾਂ ਲੋਕਾਂ ਨੂੰ ਵੋਟ ਪਾਉਣਗੇ ਜਿਹੜੇ ਅਸੀਂ ਤੁਹਾਡੇ ਜ਼ਰੀਏ ਲੋਕਾਂ ਤੱਕ ਜਿਨ੍ਹਾਂ ਦੇ ਨਾਮ ਦੇ ਰਹੇ ਹਾਂ।
ਉਹਨਾਂ ਦੀ ਕੰਟਰੀਬਿਊਸ਼ਨ ਹੈ ਅਨਲਾਈਕ ਦੋਜ਼ ਪੀਪਲ ਹੂ ਆਰ ਕ੍ਰਿਮੀਨਲਸ ਇਨ ਪੋਲਿਟਿਕਸ ਵੀ ਆਰ ਗੋਇੰਗ ਟੂ ਅਨਾਊਂਸ ਐਂਡ ਸੈਟ ਅਪ ਕੈਂਡੀਡੇਟਸ ਜਿਹਨਾਂ ਦਾ ਕੋਈ ਮੀਨਿੰਗਫੁਲ ਕੰਟਰੀਬਿਊਸ਼ਨ ਹੈ ਟੂ ਦਾ ਸੋਸਾਇਟੀ ਟੂ ਦਾ ਸਟੇਟ ਆਫ ਪੰਜਾਬ ਅਗਲਾ ਉਮੀਦਵਾਰ ਜਿਹੜਾ ਕਿ ਲੋਕ ਇਨਸਾਫ਼ ਪਾਰਟੀ ਦਾ ਹੋਵੇਗਾ ਮਨਵਿੰਦਰ ਸਿੰਘ ਗਿਆਸਪੁਰਾ ਇਹ ਉਹ ਸ਼ਖਸ ਹੈ ਜਿਸ ਨੇ 1984 ਦੇ ਸਿੱਖ ਕਤਲੇਆਮ ਦਾ ਜੋ ਮੈਸੀਕਰ ਹੋਇਆ ਸੀਗਾ ਉਹਦੇ 'ਚੋਂ ਜੋ ਹਰਿਆਣੇ ਦੇ ਵਿੱਚ ਹੋਂਦ ਚਿੱਲੜ ਦਾ ਮੈਸੀਕਰ ਸੀ ਜਿਹੜਾ ਪੂਰੇ ਦਾ ਪੂਰਾ ਪਿੰਡ ਸਾੜ ਦਿੱਤਾ ਗਿਆ ਸੀਗਾ ਕਮਿਊਨਲ ਹੇਟਰੇਟ ਵਿੱਚ ਉਹ ਸ਼ਾਇਦ ਉਸਦਾ ਕਦੀ ਖੁਲਾਸਾ ਹੀ ਨਾ ਹੁੰਦਾ ਦੁਨੀਆ ਦੇ ਸਾਹਮਣੇ ਕਦੀ ਉਹ ਪੱਖ ਹੀ ਨਾ ਆਉਂਦਾ ਅਗਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਹਨਾਂ ਦੀ ਨਾਲ ਸਮੂਹ ਟੀਮ ਉਸ ਦੇ ਉੱਤੇ ਜੱਦੋ ਜਹਿਦ ਨਾ ਕਰਦੇ ਉਹਨਾਂ ਨੇ ਬਹੁਤ ਦਲੇਰੀ ਦੇ ਨਾਲ ਉਸ ਵਕਤ 2006 ਦੀ ਗੱਲ ਹੈ ਸਮਵੇਅਰ ਅਰਾਊਂਡ 2006 ਇਸ ਦਾ ਐਕਸਪੋਜ਼ਰ ਕੀਤਾ ਔਰ ਉਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਹਾਈ ਕੋਰਟ ਤੱਕ ਗਏ ਵਨ ਮੈਨ ਕਮਿਸ਼ਨ ਆਈ ਥਿੰਕ ਪ੍ਰੋਬੇਬਲੀ ਜਸਟਿਸ ਗਰਗ ਦਾ ਕਮਿਸ਼ਨ ਬਣਾਇਆ ਗਿਆ ਔਰ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਕੰਪਨਸੇਸ਼ਨ ਦਵਾਈ ਗਈ ਇੱਕ ਲੋਕ ਨੇ ਜਿਹੜੇ ਪੰਥ ਨੂੰ ਵਰਤਦੇ ਨੇ ਇੱਕ ਲੋਕ ਨੇ ਜਿਹੜੇ ਪੰਥ ਦੇ ਹਿੱਤਾਂ ਦੇ ਵਾਸਤੇ ਆਪਣਾ ਸਭ ਕੁਛ ਦਾਅ ਤੇ ਲਾ ਦਿੰਦੇ ਹੀ ਵਾਸ ਡੂਇੰਗ ਅ ਵੈਰੀ ਗੁੱਡ ਜੋਬ ਵਿਦ ਅ ਮਲਟੀਨੈਸ਼ਨਲ ਕੰਪਨੀ ਇਨ ਗੁੜਗਾਉਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਆਪਣੀ ਨੌਕਰੀ ਗਵਾਉਣੀ ਪਈ ਪਰ ਉਹ ਪਿੱਛੇ ਨਹੀਂ ਹਟਿਆ ਔਰ ਉਹਦੀ ਬਦੌਲਤ ਅੱਜ ਹੋਂਦ ਚਿੱਲਰ ਜਿਹੜਾ ਹਰਿਆਣੇ ਦੇ ਵਿੱਚ ਜੋ ਘਟਨਾਕ੍ਰਮ ਹੋਇਆ ਉਹਦੇ ਵਿੱਚ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਔਰ ਬਹੁਤ ਸਾਰੇ ਵੱਡੇ ਪੱਧਰ 'ਤੇ ਮੁਆਵਜ਼ਾ ਮਿਲਿਆ ਇਸੇ ਤਰ੍ਹਾਂ ਹੀ ਸਾਡੀ ਆਪਣੀ ਪਾਰਟੀ ਪੰਜਾਬ ਏਕਤਾ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਜੀ ਜੈਤੋ ਇਹ ਸਾਡੇ ਫਰੀਦਕੋਟ ਰਿਜ਼ਰਵ ਕੋਨਸਟੀਟੂਐਂਸੀ ਤੋਂ ਕੈਂਡੀਡੇਟ ਹੋਣਗੇ ਫਤਿਹਗੜ੍ਹ ਰਿਜ਼ਰਵ ਕੋਨਸਟੀਟੂਐਂਸੀ ਸੋਰੀ ਮਨਵਿੰਦਰ ਸਿੰਘ ਗਿਆਸਪੁਰਾ ਲੋਕ ਇਨਸਾਫ਼ ਪਾਰਟੀ ਦੇ ਕੈਂਡੀਡੇਟ ਹੋਣਗੇ ਗੱਠਜੋੜ ਦੇ ਨਾਲ ਸਾਰੇ ਫਤਿਹਗੜ੍ਹ ਰਿਜ਼ਰਵ ਕੋਨਸਟੀਟੂਐਂਸੀ ਤੋਂ ਕੈਂਡੀਡੇਟ ਹੋਣਗੇ ਮਾਸਟਰ ਬਲਦੇਵ ਸਿੰਘ ਜੀ ਜੈਤੋ ਜਿਹੜੇ ਕਿ ਸਿਟਿੰਗ MLA ਨੇ ਜਿਨ੍ਹਾਂ ਨੇ ਬਹਾਦਰੀ ਦਿਖਾਉਂਦੇ ਹੋਏ ਜਿਹੜੇ ਲੋਕ ਅਖੌਤੀ ਇਨਕਲਾਬੀ ਸੀ ਜਿਨ੍ਹਾਂ ਨੇ ਪੰਜਾਬ ਦੇ ਨਸ਼ੇ ਦੇ ਤਸਕਰਾਂ ਅਤੇ ਮਾਫੀਆ ਤੋਂ ਗੋਡੇ ਟੇਕ ਕੇ ਮਾਫੀ ਮੰਗੀ ਔਰ ਆਪਣੇ ਸਾਰੀ ਆਈਡੀਓਲੋਜੀ ਨੂੰ ਛਿੱਕੇ 'ਤੇ ਟੰਗ ਦਿੱਤਾ ਭਾਵ ਮੇਰਾ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਉਹਨਾਂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣੀ ਸੀਟ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪਣੇ ਸੂਬੇ ਦੀ ਪ੍ਰਵਾਹ ਕਰਦਿਆਂ ਹੋਇਆਂ ਉਹਨਾਂ ਨੇ ਪੰਜਾਬ ਏਕਤਾ ਪਾਰਟੀ ਦਾ ਸਾਥ ਦਿੱਤਾ ਉਹ ਸਾਡੇ ਉਮੀਦਵਾਰ ਫਰੀਦਕੋਟ ਰਿਜ਼ਰਵ ਕੋਨਸਟੀਟੂਐਂਸੀ ਤੋਂ ਹੋਣਗੇ ਬਹੁਜਨ ਸਮਾਜ ਪਾਰਟੀ ਨੂੰ 3 ਲੋਕ ਸਭਾ ਦੀਆਂ ਸੀਟਸ ਐਲੋਕੇਟ ਹੋਈਆਂ ਅੰਡਰ ਦਿਸ ਅਲਾਇੰਸ ਉਹਨਾਂ 3 ਸੀਟਸ ਦੇ ਵਿੱਚ ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਵਿਕਰਮ ਸਿੰਘ ਸੋਢੀ ਜਿਹੜੇ ਕਿ ਅਨੰਦਪੁਰ ਸਾਹਿਬ ਦੇ ਬਛਿੰਦੇ ਨੇ ਔਰ ਸਾਡੇ ਨੈਸ਼ਨਲ ਲੈਵਲ ਦੇ ਪੋਲੋ ਪਲੇਅਰ ਰਹਿ ਚੁੱਕੇ ਨੇ ਹੀ ਹੈਜ਼ ਡਨ ਲੋਟ ਆਫ ਗੁੱਡ ਸੋਸ਼ਲ ਵਰਕ ਇਨ ਦੈਟ ਏਰੀਆ ਔਰ ਉਹ ਸਾਡੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹੋਣਗੇ ਅਨੰਦਪੁਰ ਸਾਹਿਬ ਤੋਂ ਸਿਮਿਲਰਲੀ ਚੌਧਰੀ ਖੁਸ਼ੀ ਰਾਮ ਜੀ ਜਿਹੜੇ ਕਿ ਰਿਟਾਇਰਡ IAS ਆਫਿਸਰ ਨੇ 4-5 ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਸਰਵ ਵੀ ਕੀਤਾ ਔਰ ਵੈਸੇ ਵੀ ਹੋਰ ਬਹੁਤ ਸਾਰੇ ਅਹੁਦਿਆਂ ਦੇ ਵਿਰਾਜਮਾਨ ਰਹਿ ਕੇ ਆਪਣੇ ਸੂਬੇ ਦੀ ਸੇਵਾ ਵੀ ਕੀਤੀ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਹੁਸ਼ਿਆਰਪੁਰ ਰਿਜ਼ਰਵ ਕੋਨਸਟੀਟੂਐਂਸੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਹੀ ਇੱਕ ਯੰਗ ਜਰਨਲਿਸਟ ਜਿਨ੍ਹਾਂ ਨੇ ਜਰਨਲਿਜ਼ਮ ਦੀ ਫੀਲਡ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਬਲਵਿੰਦਰ ਕੁਮਾਰ ਜੀ ਉਹ ਜਲੰਧਰ ਤੋਂ ਜਲੰਧਰ ਰਿਜ਼ਰਵ ਸੀਟ ਦੇ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਹੋਣਗੇ ਇਹ ਸਨ ਸਾਡੇ ਜਿਹੜੇ ਉਮੀਦਵਾਰ ਨਾਮਜ਼ਦ ਕੀਤੇ ਗਏ ਨੇ ਕੁਛ ਸੀਟਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਪਾਰਟੀਆਂ ਨੂੰ ਐਲੋਕੇਟ ਕੀਤੀਆਂ ਗਈਆਂ ਜਿਹੜੀਆਂ ਕਿ ਵਿਦ ਇਨ ਦਾ ਨੈਕਸਟ ਫਿਊ ਡੇਜ਼ ਉਹ ਸੀਟਸ ਦੇ ਉੱਤੇ ਇਹ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਕਰੇਗੀ ਉਹਨਾਂ ਸੀਟਸ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਨੂੰ ਫਿਰੋਜ਼ਪੁਰ ਦੀ ਸੀਟ ਐਲੋਕੇਟ ਕੀਤੀ ਗਈ ਹੈ ਇਸੇ ਤਰ੍ਹਾਂ ਹੀ RMPI ਪਾਸਲਾ ਸਾਹਿਬ ਦਾ ਜਿਹੜਾ ਹੈ ਪਾਰਟੀ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਇਹਨਾਂ ਨੂੰ ਗੁਰਦਾਸਪੁਰ ਦੀ ਸੀਟ ਐਲੋਕੇਟ ਕੀਤੀ ਗਈ ਹੈ ਅੰਡਰ ਦਾ ਪੰਜਾਬ ਡੈਮੋਕਰੇਟਿਕ ਅਲਾਇੰਸ ਇਹਨਾਂ ਦੀ ਪਾਰਟੀ ਨੇ ਉੱਥੇ ਹਾਲ ਹੀ ਵਿੱਚ 2017 ਵਿੱਚ ਅਸੈਂਬਲੀ ਇਲੈਕਸ਼ਨਾਂ ਪਰਟੀਕੁਲਰਲੀ ਭੋਆ ਅਤੇ ਦੀਨਾਨਗਰ ਜਾਂ ਹੋਰਨਾਂ ਏਰੀਆਜ਼ ਵਿੱਚ ਅਸੈਂਬਲੀ ਇਲੈਕਸ਼ਨਾਂ ਲੜ ਕੇ ਸਤਿਕਾਰਯੋਗ ਵੋਟ ਲੋਕਾਂ ਨੇ ਇਹਨਾਂ 'ਤੇ ਵਿਸ਼ਵਾਸ ਜਿਤਾਇਆ ਵੈਸੇ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ ਪਾਰਟੀਆਂ ਨੇ CPI ਅਤੇ RMPI ਇਹ ਲੋਕਾਂ ਦੇ ਇਸ਼ੂਜ਼ ਲਈ ਅਰਸੇ ਤੋਂ ਜੂਝ ਰਹੀਆਂ ਐਂਡ ਦੇ ਹੈਵ ਨੈਵਰ ਕੰਪਰੋਮਾਈਜ਼ਡ ਆਈਡੀਓਲੋਜੀ ਐਂਡ ਪ੍ਰਿੰਸੀਪਲਸ ਵੈਨ ਇਟ ਕਮਸ ਟੂ ਦਾ ਨੇਸ਼ਨ ਔਰ ਵੈਨ ਇਟ ਕਮਸ ਟੂ ਦਾ ਸਟੇਟ ਇਸੇ ਤਰ੍ਹਾਂ ਹੀ ਲੋਕ ਇਨਸਾਫ਼ ਪਾਰਟੀ ਦੀ ਜਿਹੜੀ ਦੂਸਰੀਆਂ ਸੀਟਾਂ ਨੇ ਉਹਨਾਂ ਵਿੱਚ ਲੁਧਿਆਣਾ ਐਲੋਕੇਟ ਹੋਈ ਹੈ
बैंस साहब की पार्टी नूं, और इन्हां नूं एक सीट अमृतसर की एलोकेट की गई है बैंस साहब की पार्टी नूं। और इस तरह ही साड़ी पार्टी नूं दूसरी सीट जिहड़ी असीं फिलहाल लई सी, वह तीसरी सीट जिहड़ी है वह पंजाब एकता पार्टी की, वह बठिंडा है। ये जिहड़ियां सीट्स है इहदे ते हले कैंडीडेट्स अनाउंस नहीं किए गए। संगरूर हैज़ बीन लैफ्ट ओपन, उहदे कुछ स्पैशल सर्कमस्टांसिस ने, असीं उहदे विच मजबूती दे नाल ठोस ते निग्गर उम्मीदवार उतार के, ते जिहड़े फर्जी इत्थे पंजाब दे विच इनकलाब दे नारे लाउंदे रहे, असीं इनश्योर करांगे कि कांग्रेस डिफीट होवे, अकाली दल डिफीट होवे, और उस सीट दे उत्ते फर्जी इनकलाबी भी जिहड़े डिफीट किए जाण। सो इसलिए संगरूर नूं हले फॉर द टाइम बीइंग ओपन रखा गया वा। मैं जिहड़ा काम पहला करना सीगा मैं हुण इंट्रोड्यूस करा दिंदा। ऑन द एक्सट्रीम लैफ्ट ऑन माई चेयर मंगत राम पासला जी ने, जिहड़े कि रेवोल्यूशनरी मार्क्सिस्ट पार्टी ऑफ इंडिया के प्रधान ने और जनरल सैकटरी कहते हैं इन्हों, नैशनल लैवल के जनरल सैकटरी ने इन्हों, वैसे जोड़े स्टेट के जनरल सैकटरी ने हरकमल सिंह जी ने साडे नाल इधर खड़े ने ऑन द लैफ्ट बैक। इस तरह ही तुम सारे जानते हो कि रशपाल सिंह जी राजू बहुजन समाज पार्टी के प्रेजिडेंट ने और साड़ी लगातार सारे गठजोड़ दी मीटिंगां विच हमेशा हिस्सा लिया, भावें कि दूसरिया कुछ लोग एवं जी की कहिंदे हुंदे आ कि होछी राजनीति का सबूत दे के चलाकी वाली पॉलिटिक्स का इन्हों का क्लेम करते रहे, लेकिन ये हमेशा इन्होंने हमेशा पंजाब डेमोक्रेटिक अलायंस का गठजोड़ का साथ दिता। मेरे छोटे वीर ने सरदार सिमरजीत सिंह जी बैंस लोक इंसाफ पार्टी के प्रेजिडेंट, साढ़े मेरे वड्डे भरा ने डॉक्टर साहब गांधी जी, जिहड़े कि मैं पहला भी कहा कि बहुत अगर कितने इस तरह के मैंबर पार्लीमेंट मिले होंगे तो अज देश की पार्लीमेंट विच किरतियां दे, कामियां दे, किसानां दे, व्यापारियां दे, नौजवानों के इशूज डिस्कस ते डिबेट होया करने सीगे। दिस इज़ द काइंड ऑफ पार्लीमेंट दैट वी आर लुकिंग फॉर। ऑन डॉक्टर साहब के नाल बंत सिंह जी ब्राड़ ने, जिहड़े सैकटरी ने CPI दे, यानी कि प्रेजिडेंट ने CPI पंजाब दे, और इस तरह ही नाल डॉक्टर चीमा ने, जिहड़े कि डॉक्टर गांधी दे बहुत माणयोग कलीग ने पंजाब मंच दे, ते पिछे जिहड़े उम्मीदवार ऐलान किए गए ने वह भी साढ़े नाल सत्कारयोग उम्मीदवार जिहड़े कुछ खड़े ने, कुछ अज नहीं पहुँच सके क्योंकि मौसम भी खराब सीगा और समय की घाट होण करके एट द शॉर्ट नोटिस। सो अगली जिहड़ी मीटिंग साडी होवेगी वो असी उहदे ते, जिद्दां मैं पहला शुरू च कहा कि कॉमन मिनिमम प्रोग्राम भी ऐलान करांगे और जिहड़े बकाया कैंडीडेट्स होणगे वो उस मीटिंग दे विच असी तय करन तक जावांगे। सो तुहाडा सारिआं दा मीडिया दे इत्थे आउण ते बहुत बहुत शुक्रिया अदा करदे हां। साहब तुसीं कीते कि किसानियां नूं कहा कि आके तुहाडा साथ दे जिओ दिंदे ने साथ, तां फिर की दोबारा तो रीशफल होऊगी सीटां? ये जिहड़ियां सीट्स एलोकेट हो गईआं दे आर फाइनल। टकसाली अकाली दल अगर वह वाकई कहें कि असी बादलों नूं डिसप्लेस करना चाहते हैं, बादल का परिवारवार ते टब्बर का राज खत्म करना चाहते हैं, तो फिर उन्होंने इस तरह की ईगो बना के ते आप ही वन साइडेड सीटा अनाउंस नहीं करनिया चाहिए। सो हैगा क्यों नहीं, देर इज स्टिल वन सीट दैट इज ओपन, असी कंसिडर करांगे, कोई गल नहीं जी। आफ्टर ऑल इट इज नॉट आवर फॉल्ट, जब वह वॉकआउट करके गए अलायंस तो साडा कोई कसूर नहीं। तुहाडे सामने असी सब कुछ थ्रेड बेयर करता, जो असी गलबात उपरंत फैसला लिया वा वो फैसला तुहानू असी सारा कुछ सुना दिता वा। अगर कोई सर्कमस्टांसिस बदलनगे तां सारे ही छे दे छे पार्टीज दोबारा कोई अगर रीकंसिडरेशन का मौका आया तो इन्हां सारिआं दी सहमति तो बगैर कोई भी फैसला कोई भी सीट बदली नहीं जाएगी। अमृतसर दे दी हुई है लोक इंसाफ पार्टी नूं, संगरूर वी हैव कैप्ट इट ओपन फॉर स्पैशल सर्कमस्टांसिस, वो असी आने वाले सही समय के उत्ते फैसला करांगे। देखो गल यह है कि मैं अगर असी मेरी पार्टी फैसला करती है मेरे लड़न का, तो मेरे लड़न का मकसद हैगा कि असी जिन्हां लोगों ने पंजाब नूं तबाह किया, जिन्हां ने पंज पंज वार जिन्हां दे परिवार ने चीफ मिनिस्टर बन के पंजाब दे विच नशियां दा कोड़ वाड़िया, अज ही सिमरजीत सिंह बैंस ऑनलाइन नशा परचेज करके आए ने ओपन मार्केट विच लुधियाणा चीमा मंडी दे विच, साडे बच्चे मर रहे ने, त्रा त्रा कर रहे ने, बठिंडे दे विच मैं बहुत सारे ड्रग पीड़ित मौतां दे घरां दे विच जाके आया वां, साडे किसान आत्महत्या कर रहे ने, बच्चे बेरोजगार
टैंकियां ते हस्पतालां दीआं छत्तां तों छालां मार के लत्तां बाहवां ते चूल्हे तड़ा रहे ने, साढ़े बच्चे विदेशां विच जाण ते मजबूर कर दिते इस परिवार ने। और इस तों इलावा जो रैंपेंट करप्शन की, हजारां करोड़ां दी प्रॉपर्टीज बनाई जिहदे ते कैप्टन अमरिंदर सिंह ने कोई जांच नहीं की, ना नशे दे तस्करां दे खिलाफ की ते ना ही किसी इल गॉटन वैल्थ दे खिलाफ की। सो मेरा मकसद उन्हां नूं चुनौती देना है, पर पहला मैं पूछना चाहुंदा हरसिमरत कौर नूं कि मैनूं पता लग रहा वा कि वह बठिंडा छड्ड के फिरोजपुर जा रहे हैं, सो उन्हां नूं डिसाइड कर लैण दिओ पहला कि वह कित्थों लड़ना चाहुंदे ने, कि वह बठिंडे तो भज रहे ने फिरोजपुर तो इलैक्शन लड़ रहे ने। उस तो बाद साडा पंजाब डेमोक्रेटिक अलायंस अते मेरी अपनी पार्टी पंजाब साड़ी अपनी पार्टी पंजाब एकता पार्टी इहदे ते ढुकमा फैसला ढुकमे समय ते लेगी। नहीं, जिहड़ा आदमी अपनी सीट ही छड के भज गया वह तो फिर मतलब पहली तो उहदी मोरल डिफीट हो चुकी है। जिन्हां ने कहिंदे आ कि असीं सारा जोर उत्थे लाता सारी दौलत उत्थे झोंक दित्ती और इन्ना भ्रिष्टाचार उड़ाया पिछली बार जो सीटां पैसे वंडे गए जो शराबां ते डोडे वंडे गए वो उन्होंने मॉरल डिफीट होगी। आफ्टर दैट वी विल डिसाइड व्हाट टू डू इन द नेक्स्ट वर्ल्ड। नहीं, कम्युनिस्ट कितने स्ट्रॉन्ग ने, यू विल नॉट डिसाइड ना, इट इज फॉर द पार्टी टू डिसाइड, द पार्टी हैज ऑप्टेड फॉर फिरोजपुर। नहीं, साडा इस वक्त साडा जिहड़ा बरगाड़ी मोर्चा सी उहनां दे नाल जां किसे भी इस तरह दे नाल कोई गठजोड़ नहीं, गठजोड़ तुहाडे सामने बैठा वा और असीं सीट सारियां एलोकेट कर दित्तियां वा। सो देयर इज असीं किसे इस तरह दे नाल किसे भी धिर, मैं किसे दा नाम नहीं लैणा चाहुंदा, जिहड़े कुछ बियॉन्ड कॉन्स्टिट्यूशन गल्लां करदे ने असीं उहनां दे नाल नहीं गठजोड़ कर सकदे। वी हैव टू, वी आर अ पार्ट एंड पार्सल ऑफ दिस कंट्री एंड वी बिलीव इन द कॉन्स्टिट्यूशन ऑफ दिस कंट्री, देयरफॉर वी विल बी फाइटिंग इन अकॉर्डेंस विद द कॉन्स्टिट्यूशन एंड आवर डिमांड। साडियां मंगा बहुत ने लेजिटिमेट पर उस दायरे दे विच ने, कोई भी पार्टी कोई धिर जिहड़ी जिहड़ी इस दायरे तो बाहर हैगी असीं उहनां दे नाल साडा कोई गठजोड़ नहीं।